ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ ਟੂ ਮਾਈ ਕਿਚਨ ਮੋਨਾ ਢਿੱਲੋਂ ਕੁਕਿੰਗ ਵਲੋਗਸ। ਤੁਹਾਡਾ ਸਵਾਗਤ ਆ ਬਹੁਤ ਬਹੁਤ। ਅੱਜ ਆਪਾਂ ਆਪਣੇ ਕਿਚਨ ਦੇ ਵਿੱਚ ਬਣਾਵਾਂਗੇ ਬਹੁਤ ਹੀ ਹੈਲਦੀ ਡਿਸ਼ ਅਤੇ ਬਹੁਤ ਹੀ ਟੇਸਟੀ। ਸਾਰੇ ਕੇਕ, ਸਾਰੇ ਡੈਜ਼ਰਟ ਇਹਦੇ ਸਾਹਮਣੇ ਫੇਲ ਨੇ। ਇਹ ਆ ਦਲੀਆ, ਮਿੱਠਾ ਦਲੀਆ। ਇਹ ਮੈਂ ਖਜੂਰਾਂ ਪਾ ਕੇ ਬਣਾਇਆ, ਜਿਹੜਾ ਕਿ ਬਹੁਤ ਤਾਕਤਵਰ ਅਤੇ ਬਹੁਤ ਹੈਲਦੀ ਹੈ। ਤੁਸੀਂ ਇਹਨੂੰ ਜ਼ਰੂਰ ਟਰਾਈ ਕਰਿਓ। ਆ ਜਾਓ ਫਿਰ ਦੇਖਦੇ ਇਹਨੂੰ ਕਿਸ ਤਰ੍ਹਾਂ ਬਣਾਉਣਾ। ਹਾਂਜੀ, ਇਹਦੇ ਵਾਸਤੇ ਮੈਂ ਇੱਕ ਕੱਪ ਨਹੀਂ, ਇੱਕ ਕੌਲੀ ਲਈ ਆ, ਵੱਡੀ ਕੌਲੀ ਦਲੀਏ ਦੀ ਲਈ ਆ। ਇਹ ਥੋੜ੍ਹਾ ਮੋਟਾ ਦਲੀਆ, ਇਹ ਸਾਡਾ ਘਰ ਦਾ ਪਿਸਾਇਆ ਹੋਇਆ ਦਲੀਆ, ਕਣਕ ਧੋ ਕੇ ਇਹ ਅਸੀਂ ਆਪ ਪਿਸਾਈਦਾ ਹੈ, ਕਿਉਂਕਿ ਸਾਡੇ ਘਰ ਦਲੀਆ ਕਾਫੀ ਖਾਧਾ ਜਾਂਦਾ। ਨਾਲ ਹੀ ਮੈਂ ਅੱਧੀ ਕੌਲੀ ਗੁੜ ਦੀ ਲਈ ਆ, ਇਹ ਮੈਂ ਗੁੜ ਕੁੱਟ ਲਿਆ ਆ, ਅਤੇ 15-20 ਜਿਹੜੀਆਂ ਖਜੂਰਾਂ ਲਈਆਂ, ਇਹਨਾਂ ਦੀਆਂ ਗਿਟਕਾਂ ਕੱਢ ਲਈਆਂ ਨੇ। ਤੁਸੀਂ ਇਹਦੀ ਜਗ੍ਹਾ 'ਤੇ ਛੁਹਾਰੇ ਵੀ ਲੈ ਸਕਦੇ ਹੋ। ਨਾਲ ਹੀ ਮੈਂ ਬਦਾਮ ਲਏ 15-20, ਇਹਨਾਂ ਨੂੰ ਆਪਾਂ ਭੁੰਨ ਕੇ ਪਾਵਾਂਗੇ, ਅਤੇ ਨਾਲ ਦੇਸੀ ਘਿਓ ਲਿਆ ਆ, ਜਿੰਨਾ ਕੁ ਰਿਕੁਆਇਰਮੈਂਟ ਹੋਈ ਆਪਾਂ ਪਾ ਲਵਾਂਗੇ, ਕੜਛੀ 2 ਕੜਛੀਆਂ। ਹੁਣ ਆਪਾਂ ਪਹਿਲਾਂ ਗੁੜ ਜਿਹੜਾ ਉਹ ਘੋਲ ਲਵਾਂਗੇ। ਗੁੜ ਦੀ ਆਪਾਂ ਚਾਹਣੀ ਕੋਈ ਨਹੀਂ ਬਣਾਉਣੀ, ਬਸ ਪਾਣੀ ਦੇ ਵਿੱਚ ਆਪਾਂ ਗੁੜੀ ਜਿਹੜਾ ਮੈਲਟ ਹੀ ਕਰਨਾ ਆ। ਇਹਨੂੰ ਮੈਂ ਫਲੇਮ 'ਤੇ ਰੱਖ ਦਿੱਤਾ ਆ, ਇਹ ਪਾਣੀ ਮੈਂ 3 ਗੁਣਾ ਪਾਇਆ ਆ। 1 ਕੌਲੀ ਦਲੀਏ ਦੀ ਸੀ, 3 ਕੌਲੀਆਂ ਪਾਣੀ ਦੀਆਂ ਪਾਈਆਂ ਨੇ। ਅਤੇ ਹੁਣ ਆਪਾਂ ਜਿਹੜਾ ਦਲੀਆ ਉਹਨੂੰ ਭੁੰਨ ਲੈਂਦੇ ਇੱਕ ਸਾਈਡ 'ਤੇ। ਇਹਦੇ ਵਿੱਚ ਮੈਂ 2 ਚਮਚ ਦੇਸੀ ਘਿਓ ਪਾਇਆ, ਦੇਸੀ ਘਿਓ ਹੀ ਵਧੀਆ ਲੱਗਦਾ ਇਹਦੇ ਵਿੱਚ, ਦੇਸੀ ਘਿਓ ਹੀ ਪਾਇਓ ਤੁਸੀਂ ਵੀ। ਇਹਦੇ ਵਿੱਚ ਪਹਿਲਾਂ ਆਪਾਂ ਬਦਾਮ ਜਿਹੜੇ ਆਪਣੇ ਕੋਲ ਉਹ ਰੋਸਟ ਕਰ ਲਾਂਗੇ ਥੋੜ੍ਹੇ ਜਿਹੇ ਰੋਸਟਡ, ਜਿਹੜਾ ਡਰਾਈ ਫਰੂਟ, ਇਹਦਾ ਟੇਸਟ ਬਹੁਤ ਵਧੀਆ ਲੱਗਦਾ। ਫਲੇਮ ਤੁਸੀਂ ਮੀਡੀਅਮ ਰੱਖਣੀ ਆ, ਲੋ ਟੂ ਮੀਡੀਅਮ, ਕਿਉਂਕਿ ਡਰਾਈ ਫਰੂਟ ਬਹੁਤ ਜਲਦੀ ਸੜ ਜਾਂਦਾ। ਇਹਨੂੰ ਆਪਾਂ ਪਲੇਟ ਦੇ ਵਿੱਚ ਕੱਢ ਲਿਆ, ਹੁਣ ਆਪਾਂ ਦਲੀਆ ਦੇ ਵਿੱਚ ਰੋਸਟ ਕਰਾਂਗੇ। ਰੋਸਟਡ ਦਲੀਏ ਦਾ ਟੇਸਟ ਬਹੁਤ ਵਧੀਆ ਲੱਗਦਾ ਆ, ਰੋਸਟ ਕਰਕੇ ਹੀ ਬਣਾਇਓ। ਦਲੀਆ ਇਹ ਹੁੰਦਾ ਕਿ ਜੇ ਤੁਸੀਂ ਕਿਸੇ ਪੇਸ਼ੈਂਟ ਵਾਸਤੇ ਬਣਾਉਣਾ ਆ ਫਿਰ ਤੁਸੀਂ ਰੋਸਟ ਨਹੀਂ ਕਰਨਾ, ਜੇ ਤੁਸੀਂ ਆਪਣੇ ਨੋਰਮਲ ਖਾਣ ਲਈ ਬਣਾਉਣਾ ਆ ਜਿਵੇਂ ਡੇਲੀ ਨਾਸ਼ਤੇ ਦੇ ਵਿੱਚ ਜਾਂ ਹੋਰ, ਤਾਂ ਉਹ ਤੁਸੀਂ ਭੁੰਨ ਕੇ ਬਣਾ ਸਕਦੇ ਹੋ। ਅਤੇ ਜੇ ਮਰੀਜ਼ ਲਈ ਬਣਾਉਣਾ ਵਾ, ਪੇਸ਼ੈਂਟ ਲਈ ਬਣਾਉਣਾ ਵਾ, ਤਾਂ ਬਿਲਕੁਲ ਵੀ ਉਹਦੇ ਵਿੱਚ ਘਿਓ ਨਹੀਂ ਪਾਉਣਾ ਅਤੇ ਰੋਸਟ ਨਹੀਂ ਕਰਨਾ, ਉਂਝ ਹੀ ਪਾਣੀ ਪਾ ਕੇ ਬਣਾਉਣਾ ਵਾ, ਉਹ ਉਹਦੇ ਵਾਸਤੇ ਲਾਈਟ ਰਹੇਗਾ। ਦਲੀਆ ਭੁੱਜ ਕੇ ਤਿਆਰ ਹੋ ਗਿਆ ਹੈ ਆਪਣਾ, ਜ਼ਿਆਦਾ ਇਹਨੂੰ ਆਪਾਂ ਬਰਾਊਨ ਨਹੀਂ ਕਰਨਾ। ਅਤੇ ਹੁਣ ਆਪਾਂ ਜਿਹੜੀ ਚਾਹਣੀ ਬਣਾਈ ਆ ਉਹ ਇਹਦੇ ਵਿੱਚ ਪਾ ਦੇਵਾਂਗੇ, ਭੁੰਨ ਕੇ ਪਾਉਣੀ, ਕਿਉਂਕਿ ਗੁੜ ਦੇ ਵਿੱਚ ਕਈ ਵਾਰੀ ਕੋਈ ਕੱਖ ਕਣ ਹੁੰਦਾ ਆ ਅਤੇ ਉਹ ਜਿਹੜਾ ਨਿਕਲ ਜਾਂਦਾ ਆ। ਚੰਗੀ ਤਰ੍ਹਾਂ ਇਹਨੂੰ ਆਪਾਂ ਲਾ ਦੇਵਾਂਗੇ ਅਤੇ ਇਹਦੇ ਨਾਲ ਹੀ ਆਪਾਂ ਖਜੂਰਾਂ ਪਾ ਦੇਵਾਂਗੇ। ਖਜੂਰਾਂ ਜਿਹੜੀਆਂ ਮੈਂ ਅੱਧੀਆਂ ਕਰ ਲਈਆਂ ਸੀਗੀਆਂ। ਖਜੂਰਾਂ ਪਾ ਕੇ ਦਲੀਏ ਦਾ ਜਿਹੜਾ ਐਨਰਜੀ ਲੈਵਲ ਆ ਬਹੁਤ ਹਾਈ ਹੋ ਜਾਂਦਾ ਆ, ਬਹੁਤ ਜ਼ਿਆਦਾ ਤਾਕਤ ਵਾਲੀ ਚੀਜ਼ ਬਣ ਜਾਂਦੀ ਹੈ ਇਹ। ਤੁਸੀਂ ਜੇ ਬ੍ਰੇਕਫਾਸਟ ਦੇ ਵਿੱਚ ਇਹਨੂੰ ਖਾਓਗੇ ਤਾਂ ਬਹੁਤ ਤੁਹਾਨੂੰ ਸਾਰਾ ਦਿਨ ਐਨਰਜੀ ਦਾ ਅਹਿਸਾਸ ਰਹੂਗਾ ਕਿ ਐਨਰਜੀ ਬਹੁਤ ਜ਼ਿਆਦਾ ਆ। ਨਾਲ ਦੁੱਧ ਪੀਓ ਅਤੇ ਨਾਲ ਇਹਦੀ 1 ਕੌਲੀ ਖਾਓ ਬ੍ਰੇਕਫਾਸਟ ਦੇ ਵਿੱਚ, ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਕਿੰਨਾ ਚੁਸਤ ਦਰੁਸਤ ਰਹਿੰਦੇ ਹੋ। ਇਹ ਆਪਾਂ ਬੰਦ ਕਰਤਾ ਅਤੇ 1 ਸੀਟੀ ਮਰਵਾਉਣ ਤੋਂ ਬਾਅਦ ਆਪਾਂ ਇਹਨੂੰ 10 ਮਿੰਟ ਲਈ ਸਲੋ ਫਲੇਮ 'ਤੇ ਰੱਖਣਾ ਆ ਅਤੇ ਸਟੀਮ ਰਿਲੀਜ਼ ਹੋਣ ਤੋਂ ਬਾਅਦ ਆਪਾਂ ਇਹਨੂੰ ਖੋਲ੍ਹ ਲਿਆ ਆ। ਦੇਖੋ ਕਿੰਨਾ ਵਧੀਆ ਬਣਿਆ ਆ, ਨਾ ਇਹ 'ਚ ਪਾਣੀ ਜ਼ਿਆਦਾ ਆ ਨਾ ਘੱਟ ਆ। ਜੇ ਤੁਸੀਂ ਥੋੜ੍ਹਾ ਜ਼ਿਆਦਾ ਪਤਲਾ ਬਣਾਉਣਾ ਚਾਹੁੰਦੇ ਹੋ ਤਾਂ 1 ਕੱਪ ਪਾਣੀ ਹੋਰ ਪਾ ਸਕਦੇ ਹੋ, ਜਿਵੇਂ 4 ਗੁਣਾ, ਪਰ ਮੈਨੂੰ ਇਸ ਤਰ੍ਹਾਂ ਦਾ ਹੀ ਪਸੰਦ ਆ, ਮੋਇਸਟ ਜਿਹਾ ਬਹੁਤ ਵਧੀਆ ਲੱਗਦਾ। ਨਾਲ ਹੀ ਆਪਾਂ ਇਹਦੇ ਵਿੱਚ ਬਦਾਮ ਪਾ ਦੇਵਾਂਗੇ, ਥੋੜ੍ਹੇ ਜਿਹੇ ਰੱਖ ਲੈਂਦੇ ਗਾਰਨਿਸ਼ ਲਈ,
ਵੈਸੇ ਬਦਾਮ ਮੈਂ ਪਹਿਲਾਂ ਪਾਉਣੇ ਸੀਗੇ, ਨਾਲ ਹੀ ਸੌਫਟ ਹੋ ਜਾਂਦੇ, ਪਰ ਮੈਂ ਯਾਦ ਭੁੱਲ ਗਿਆ, ਤੁਸੀਂ ਨਾਲ ਹੀ ਪਾ ਦਿਓ ਪਹਿਲਾਂ ਹੀ। ਦੇਖੋ ਕਿੰਨਾ ਵਧੀਆ ਬਣਿਆ ਆ, ਇੰਨੀ ਵਧੀਆ ਸਮੈਲ ਆ ਰਹੀ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਇਹਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਹੁੰਦਾ ਆ ਦਲੀਏ ਦੇ ਵਿੱਚ, ਮਿਨਰਲਸ, ਵਿਟਾਮਿਨਸ। ਹੁਣ ਆਪਾਂ ਇਹਦੀ ਪਲੇਟਿੰਗ ਕਰ ਲੈਂਦੇ ਹਾਂ। ਜੇ ਤੁਸੀਂ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ, ਨਾਲ ਲਾਈਕ, ਸ਼ੇਅਰ, ਕਮੈਂਟ ਵੀ ਜ਼ਰੂਰ ਕਰਿਆ ਕਰੋ। ਅਤੇ ਨਾਲੇ ਮੈਨੂੰ ਦੱਸੋ ਤੁਹਾਨੂੰ ਕਿਹੜੀ ਰੈਸਿਪੀ ਹੋਰ ਪਸੰਦ ਆ, ਅਤੇ ਮੈਂ ਤੁਹਾਡੇ ਸਾਹਮਣੇ ਕਿਹੜੀ ਰੈਸਿਪੀ ਪੇਸ਼ ਕਰਾਂ ਅਗਲੀ। ਅਤੇ ਮੈਨੂੰ ਨਾਲੇ ਸੁਜੈਸ਼ਨ ਵੀ ਦਿਆ ਕਰੋ ਆਪਣੇ, ਅਤੇ ਮੇਰੀਆਂ ਵੀਡੀਓਜ਼ ਜ਼ਰੂਰ ਸ਼ੇਅਰ ਕਰਿਆ ਕਰੋ, ਇਹ ਕੰਮ ਤੁਸੀਂ ਜ਼ਰੂਰ ਕਰਨਾ। ਜਿਹੜੇ ਬਦਾਮ ਰੱਖੇ ਸੀ ਉਹਨਾਂ ਨਾਲ ਆਪਾਂ ਗਾਰਨਿਸ਼ ਕਰ ਦਿੰਦੇ ਹਾਂ। ਦੇਖਣ ਨੂੰ ਇੰਝ ਲੱਗ ਰਿਹਾ ਜਿਵੇਂ ਕੇਕ ਹੁੰਦਾ ਆ, ਪਰ ਕੇਕ ਤੋਂ ਵੀ ਸਵਾਦ ਆ ਇਹ। ਨਾਲ ਹੀ ਆਪਾਂ ਜਿਹੜੀਆਂ ਖਜੂਰਾਂ ਰੱਖੀਆਂ ਸੀਗੀਆਂ ਉਹਨਾਂ ਦੇ ਮੈਂ ਥੋੜ੍ਹੇ ਥੋੜ੍ਹੇ ਪਤਲੇ ਸਲਾਈਸ ਕੱਟ ਲਏ ਆ, ਉਹਨਾਂ ਦੇ ਨਾਲ ਆਪਾਂ ਗਾਰਨਿਸ਼ ਕਰ ਦਾਂਗੇ, ਦੇਖਣ ਨੂੰ ਹੋਰ ਵਧੀਆ ਲੱਗੇਗਾ। ਇਹ ਦੇਸੀ ਘਿਓ ਨਾਲ ਹੀ ਸਵਾਦ ਲੱਗਦਾ। ਹੁਣ ਆਪਾਂ ਥੋੜ੍ਹਾ ਜਿਹਾ ਦੇਸੀ ਘਿਓ ਮੈਲਟ ਕਰਕੇ 1-2 ਚਮਚ ਇਹਦੇ ਉੱਤੇ ਪਾਵਾਂਗੇ। ਇਹਨੂੰ ਤੁਸੀਂ ਜੇ ਚਾਹੋ ਦੁੱਧ ਵੀ ਵਿੱਚ ਪਾ ਸਕਦੇ ਹੋ ਜਾਂ ਮਲਾਈ ਵੀ ਪਾ ਸਕਦੇ ਹੋ, ਜਿਸ ਤਰ੍ਹਾਂ ਵੀ ਤੁਹਾਨੂੰ ਸਵਾਦ ਲੱਗਦਾ ਤੁਸੀਂ ਉਸੇ ਤਰ੍ਹਾਂ ਹੀ ਇਹਨੂੰ ਖਾ ਸਕਦੇ ਹੋ। ਮਿੱਠਾ ਮੈਂ ਬਹੁਤ ਥੋੜ੍ਹਾ ਪਾਇਆ ਆ, ਤੁਸੀਂ ਚਾਹੋ ਤਾਂ ਮੈਦੀ ਕੌਲੀ ਪਾਈ ਆ, ਤੁਸੀਂ ਪੌਣੀ ਕੌਲੀ ਪਾ ਲਓ, ਉਹਦੇ ਨਾਲ ਜਿਹੜਾ ਮਿੱਠਾ ਹੈ ਪੂਰਾ ਹੋ ਜਾਏਗਾ। ਬਾਕੀ ਮੈਂ ਖਜੂਰਾਂ ਹੋਣ ਕਰਕੇ ਘੱਟ ਮਿੱਠਾ ਪਾਇਆ ਸੀ, ਕਿਉਂਕਿ ਖਜੂਰਾਂ ਵੀ ਗੁੜ ਨਾਲ ਕੋਟਡ ਹੁੰਦੀਆਂ ਆ, ਤਾਂ ਕਰਕੇ ਉਹਦੇ ਨਾਲ ਵੀ ਮਿੱਠਾ ਹੋ ਜਾਂਦਾ। ਦੇਖੋ ਕਿੰਨਾ ਵਧੀਆ ਬਣਿਆ ਆ, ਤੁਸੀਂ ਵੀ ਬਣਾਓ, ਖਾਓ, ਬੱਚਿਆਂ ਨੂੰ ਵੀ ਦੇ ਸਕਦੇ ਹੋ, ਬਹੁਤ ਪੌਸ਼ਟਿਕ ਆ। ਓਕੇ ਜੀ, ਬਾਏ, ਲਵ ਯੂ ਆਲ।